ਹੈਲੋ एवरीवन वेलकम बैक टू माय चैनल ਅੱਜ ਆਪਾਂ ਬਣਾਵਾਂਗੇ ਜੀ ਬੈਂਗਣ ਦਾ ਭੜਥਾ ਇਸ ਲਈ ਆਪਾਂ ਨੇ ਦੋ ਬੈਂਗਣ ਲੈ ਲਏ ਵੱਡੇ ਵੱਡੇ ਬੈਂਗਣ ਐ ਬਹੁਤ ਜ਼ਿਆਦਾ ਹਲਕੇ ਐ ਇਸ ਦੇ ਵਿੱਚ ਆਪਾਂ ਨੇ ਐਵੇਂ ਕੱਟ ਲਾ ਲਿਆ ਚਾਰੇ ਪਾਸੇ ਕੱਟ ਲਾ ਲਾਂਗੇ ਆਪਾਂ ਚਾਰ ਪੰਜ ਹੁਣ ਇਸ ਦੇ ਵਿੱਚ ਆਪਾਂ ਨੇ ਲਸਣ ਛਿੱਲ ਕੇ ਰੱਖਿਆ ਓਵਾ ਮੰਗੇ ਤੇ ਹਰੀ ਮਿਰਚ ਤਾਂ ਕਿ ਜਦੋਂ ਆਪਾਂ ਨੇ ਬੈਂਗਣ ਭੁੰਨਨੇ ਆ ਨਾ ਫਿਰ ਲਸਣ ਤੇ ਮਿਰਚ ਵੀ ਇਹਦੇ ਨਾਲ ਹੀ ਭੁੰਨ ਜਾਣਗੇ ਇਹ ਦੇਖੋ ਜੀ ਚੰਗੀ ਤਰ੍ਹਾਂ ਪਾ ਦਾਂਗੇ ਆਪਾਂ ਲਸਣ ਦੀ ਫਲੀਆਂ ਤੇ ਮਿਰਚ ਪਾ ਦਾਂਗੇ ਦੋਨੇ ਬੈਂਗਣ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲੈਂਦੇ ਆ ਬੈਂਗਣ ਆਪਣੇ ਤਿਆਰ ਆ ਜੀ ਸਾਰੇ ਲਸਣ ਤੇ ਮਿਰਚ ਪਾ ਕੇ ਹੁਣ ਆਪਾਂ ਨੇ ਲਿਆ ਸਰੋਂ ਦਾ ਤੇਲ ਸੇਵਾ ਉਹ ਤੇਲ ਆਪਾਂ ਇਸ ਦੇ ਉੱਪਰ ਲਾ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਜਦੋਂ ਆਪਾਂ ਨੇ ਇਹਨਾਂ ਨੂੰ ਭੁੰਨਣਾ ਹੈ ਨਾ ਤਾਂ ਛਿਲਕਾ ਆਸਾਨੀ ਨਾਲ ਉਤਰ ਜਵੇ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਇਹ ਦੇਖੋ ਇੱਕ ਛੰਣੀ ਟਾਈਪ ਹੈਗਾ ਮੈਂ ਇਹਦੇ ਉੱਪਰ ਰੱਖ ਲਉਂਗੀ ਤੁਸੀਂ ਡਾਇਰੈਕਟਲੀ ਵੀ ਗੈਸ ਦੇ ਉੱਪਰ ਰੱਖ ਸਕਦੇ ਆ ਪਰ ਉਹ ਥੋੜਾ ਜਨਾ ਭੁੰਨਣਾ ਔਖਾ ਹੋ ਜਾਂਦਾ ਹੈ

ਬਹੁਤ ਟੇਸਟੀ ਬਣਦਾ ਹੈ ਬੈਂਗਣ ਦਾ ਪਰਠਾ ਇਹ ਦੇਖੋ ਜੀ 7 ਤੋਂ 8 ਮਿੰਟ ਹੋ ਚੁੱਕੇ ਆਪਾਂ ਨੂੰ ਬੈਂਗਣ ਭੁੰਨਦੇ ਹੋਏ ਤੇ ਉੱਪਰ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਸਕਿਨ ਉਤਰਨ ਲੱਗ ਜਾਂਦੀ ਹੈ ਕਿ ਬੈਂਗਣ ਆਪਣੇ ਤਿਆਰ ਹੈ ਬੈਂਗਣਾਂ ਨੂੰ ਆਪਾਂ ਨੇ ਗਰਮ-ਗਰਮ ਹੀ ਛਿੱਲਣਾ ਹੈ ਜਦੋਂ ਠੰਡੇ ਹੋ ਜਾਂਦੇ ਹਨ ਨਾ ਫਿਰ ਥੋੜਾ ਛਿੱਲਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਦੇਖੋ ਜੀ ਬੈਂਗਣ ਆਪਣੇ ਪੁੰਨ ਚੁੱਕੇ ਆ ਹੁਣ ਆਪਾਂ ਇਹਨਾਂ ਦਾ ਨਾ ਛਿਲਕਾ ਤਾਰ ਲਾਂਗੇ ਛਿਲਕਾ ਪੈਸ ਕਰਕੇ ਨਹੀਂ ਪਾਵਾਂਗੇ ਕਿਉਂਕਿ ਫਿਰ ਸਬਜ਼ੀ ਨਾ ਕੋੜੀ ਹੋ ਜੂਗੀ ਕੋਈ ਵੀ ਆਪਾਂ ਨੇ ਐਵੇਂ ਦਾ ਚਿਮਟਾ ਵਗੈਰਾ ਲੈ ਕੇ ਸਾਰੀ ਸਕਿਨ ਤਾਰ ਜਣੀ ਹੈ ਉੱਪਰ ਤੋਂ ਧੋਨੇ ਬੈਂਗਣ ਦੇਖੋ ਜੀ ਆਪਾਂ ਨੇ ਸਾਫ ਕਰ ਲਏ ਤੇ ਹੁਣ ਆਪਾਂ ਜਿਹੜਾ ਇਹਨਾਂ ਦੀ ਡੰਡੀ ਹੈ ਨਾ ਇਹ ਕੱਟ ਦਾਂਗੇ ਤੇ ਬੈਂਗਣਾਂ ਨਾ ਚਾਕੂ ਦੇ ਨਾਲ ਹੀ ਆਪਾਂ ਮੋਟਾ-ਮੋਟਾ ਜਿਹਾ ਚੌਪ ਕਰ ਲੈਂਦੇ ਆ ਲਸਣ ਦੇਖੋ ਜੀ ਬਿਲਕੁਲ ਪੱਕ ਚੁੱਕਿਆ ਆਪਣਾ ਐਵੇਂ ਚੌਪ ਕਰ ਲਾਂਗੇ ਆਪਾਂ ਕੱਟ ਕੇ ਦੋਨੋਂ ਬੈਂਗਣ ਇਹ ਦੇਖੋ ਜੀ ਚੌਪ ਆਪਾਂ ਨੇ ਕਰ ਲਏ ਪਨੇ ਪਿਆਜ਼ ਕੱਟ ਲਏ ਜੀ ਤਿੰਨ ਪਿਆਜ਼ ਐ ਤਿੰਨ ਟਮਾਟਰ ਐ ਤੇ ਅਦਰਕ ਐ ਹੁਣ ਆਪਾਂ ਕੜਾਹੀ ਦੇ ਵਿੱਚ ਪਾਉਂਦੇ ਆ ਸਰੋਂ ਦਾ ਤੇਲ ਦੋ ਵੱਡੇ ਚਮਚ ਆਪਾਂ ਨੇ ਸਰੋਂ ਦੇ ਤੇਲ ਦੇ ਪਾ ਲਏ ਤੇਲ ਥੋੜਾ ਜਿਹਾ ਗਰਮ ਹੋ ਜਵੇ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਜੀਰਾ ਥੋੜੀ ਜਿਹੀ ਪਹਿਲਾਂ ਹਿੰਗ ਪਾਤੀ ਤੇ ਹੁਣ ਆਪਾਂ ਇਸ ਦੇ ਵਿੱਚ ਜੀਰਾ ਪਾ ਦਾਂਗੇ ਬੈਂਗਣ ਦਾ ਪਰਤਾ ਹਮੇਸ਼ਾ ਸਰੋਂ ਦੇ ਤੇਲ ਵਿੱਚ ਹੀ ਬਹੁਤ ਸਵਾਦ ਬਣਦਾ ਐ ਐਸੇ ਤੁਹਾਡੀ ਮਰਜ਼ੀ ਜਿਹਦੇ ਆਜੀ ਤੇਲ 'ਚ ਬਣਾ ਲਓ ਪਰ ਜੇ ਸਰੋਂ ਦੇ ਤੇਲ 'ਚ ਬਣਾਓਗੇ ਨਾ ਦੁੱਗਣਾ ਟੇਸਟ ਹੋ ਜਾਂਦਾ ਜੀਰਾ ਦੇਖੋ ਜੀ ਆਪਣਾ ਭੁੰਨ ਚੁੱਕਿਆ ਆਪਣੇ ਤਿੰਨ ਵੱਡੇ ਪਿਆਜ਼ ਸੀਗੇ ਤੇ ਤਿੰਨ ਹੀ ਟਮਾਟਰ ਸੀਗੇ ਜਿਹੜੇ ਆਪਾਂ ਨੇ ਚੌਪ ਕਰਕੇ ਰੱਖੇ ਹੋਏ ਆ ਹੁਣ ਜਿਹੜੀ ਪਿਆਜ਼ ਪਾਤੀ ਆਪਾਂ ਨੇ ਜ਼ੀਰਾ ਆਪਣਾ ਭੁੰਨ ਚੁੱਕਿਆ ਸੀਗਾ ਪਿਆਜ਼ ਨੂੰ ਆਪਾਂ ਭੁੰਨ ਲੈਂਦੇ ਆ 4-5 ਮਿੰਟ ਪਿਆਜ਼ ਭੁੰਨਣ ਨੂੰ ਲੱਗ ਜਾਂਦੇ ਆ ਇਹ ਦੇਖੋ ਜੀ ਪਿਆਜ਼ ਆਪਣੇ ਹਲਕੇ ਹਲਕੇ ਪਿੰਕ ਤੇ ਹੋ ਚੁੱਕੇ ਹਨ ਹੁਣ ਆਪਾਂ ਅਦਰਕ ਪਾ ਦਾਂਗੇ ਜਿਹੜੇ ਕੱਟ ਕੇ ਰੱਖਿਆ ਹੋਇਆ ਹੈ ਲਸਣ ਆਪਾਂ ਨੇ ਇਸ ਕਰਕੇ ਨਹੀਂ ਪਾਇਆ ਹੈਗਾ ਕਿਉਂਕਿ ਆਪਾਂ ਨੇ ਜਦੋਂ ਬੈਂਗਣ ਭੁੰਨੇ ਸੀਗੇ ਉਹਦੇ ਵਿੱਚ ਹੀ ਆਪਾਂ ਨੇ ਲਸਣ ਪਾਇਆ ਹੋਇਆ ਹੈ ਇਸ ਕਰਕੇ ਆਪਾਂ ਨੇ ਐਕਸਟਰਾ ਲਸਣ ਨਹੀਂ ਪਾਇਆ ਹੈਗਾ ਇਹਦੇ ਵਿੱਚ ਇਹਨੂੰ ਵੀ ਥੋੜਾ ਜਿਹਾ ਪੁੰਨ ਲੰਦਿਆਂ ਪਿਆਜ਼ ਦੇ ਨਾਲ ਹੀ प्याज अपने हो चुके हैं जी ब्राउन हम पांच ਦੇ ਵਿੱਚ ਪਾ ਦਾਂਗੇ ਅੱਧਾ ਚਮਚ ਹਲਦੀ ਨਮਕ ਸਵਾਦ ਅਨੁਸਾਰ ਧਨੀਆ ਪਾਊਡਰ ਛੋਪੀ ਮੇथी पत्ती जी ਥੋੜੀ ਜੀ ਤੇ ਹਰੀ ਮਿਰਚ ਪਾਈ ਜੀ 1 2 ਮਸਾਲਿਆਂ ਨੂੰ ਥੋੜਾ ਜਿਹਾ ਪੁੰਨ ਲੈਂਦੇ ਆਪਾਂ ਇੱਕ ਦੋ ਮਿੰਟ ਮਸਾਲਾ ਭੁੰਨ ਲਿਆ ਤੇ ਹੁਣ ਆਪਾਂ ਥੋੜੀ ਜੀ ਪਾ ਦਾਂਗੇ ਢੇਗੀ ਮਿਰਚ ਕਿਉਂਕਿ ਕਲਰ ਬਹੁਤ ਵਧੀਆ ਬਣ ਜਾਊਗਾ ਸਬਜ਼ੀ ਦਾ ਹੁਣ ਆਪਾਂ ਪਿਆਰ ਜਿਹੜੇ ਆਪਣੇ ਟਮਾਟਰ ਸੀਗੇ ਤਿੰਨ ਕੱਟ ਕੇ ਰੱਖੇ ਹੋ ਉਹ ਪਾ ਦਾਂਗੇ ਜੀ ਤੇ ਹੁਣ ਉਹਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣੇ ਟਮਾਟਰ ਗਲ ਨਾ ਜਾਣ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੈ ਪਲੀਜ਼ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਦਬਾ ਦਿਆ ਕਰੋ ਕਿ ਜਿੰਨਾ ਤੁਸੀਂ ਸਪੋਰਟ ਕਰੋਗੇ ਉਹਨਾਂ ਮੈਨੂੰ ਵੀ ਹੌਸਲਾ ਹੁੰਦਾ ਹੈ ਵੀਡੀਓਜ਼ ਬਣਾਉਣ ਦਾ ਰੈਸਪੀ ਬਣਾਉਣ ਦਾ ਨਵੇਂ ਨਵੇਂ ਹੁਣ ਆਪਣੇ ਜਿਹੜਾ ਸੀਗਾ ਮਸਾਲਾ ਤਿਆਰ ਹੋ ਚੁੱਕਿਆ ਇਸ ਦੇ ਵਿੱਚ ਆਪਾਂ ਨੇ ਬੈਂਗਣ ਜਿਹੜੇ ਮੈਸ਼ ਕਰਕੇ ਰੱਖੇ ਹੋਏ ਸੀ ਨਾ ਉਹ ਪਾ ਦਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਂਦੇ ਆ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬੈਂਗਣ ਦਾ ਪਰਠਾ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹ ਦੇਖੋ ਜੀ ਬੈਂਗਣ ਆਪਾਂ ਨੇ ਪਾ ਕੇ ਜਿਹੜੇ ਮੈਸ਼ ਕਰਕੇ ਰੱਖੇ ਹੋਏ ਸੀਗੇ ਤੇ ਜਿਵੇਂ ਆਪਾਂ ਉਬਲੇ ਹੋਏ ਆਲੂ ਉਹਨੂੰ ਹੱਥ ਨਾਲ ਮੈਸ਼ ਕਰਕੇ ਪਾਉਂਦੇ ਹਾਂ ਨਾ ਵਿੱਚ ਮੋٹے-ਮੋٹے ਰਹਿ ਜਾਂਦੇ ਆ ਉਵੇਂ ਹੀ ਆਪਾਂ ਨੇ ਬੈਂਗਣ ਰੱਖੇ ਹੋਏ ਆ ਤਾਂ ਕਿ ਟੇਸਟ ਦਾ ਪਤਾ ਵੀ ਲੱਗੇ ਕਿ ਬੈਂਗਣ ਹੈ ਵਿੱਚ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਂ 3-4 ਮਿੰਟ ਆਪਾਂ ਹੁਣ ਇਹਨੂੰ ਸਬਜੀ ਨਾਲ ਫੁੱਲ ਗੈਸ ਤੇ ਪਕਾ ਲਾਂਗੇ ਸਬ지 4-5 ਮਿੰਟ ਆਪਣੀ ਜੀ ਦੇਖੋ ਐਨ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤੇ ਹੁਣ ਆਪਾਂ ਇਸਦੇ ਵਿੱਚ ਪਾਵਾਂਗੇ ਧਨੀਆ ਕਾਫੀ ਸਾਰਾ ਧਨੀਆ ਪਾਤਾ ਆਪਾਂ ਨੇ ਇਸਦੇ ਉੱਪਰ ਤੇ ਹੁਣ ਪਾਵਾਂਗੇ ਗਰਮ ਮਸਾਲਾ ਅੱਧਾ ਚਮਚ ਗਰਮ ਮਸਾਲਾ ਪਾਤਾ चंकी तरह मिक्स कर देंगे भर्था अपना तैयार है जी